ਚਾਹਤੇ ਮੇਦੇ ਨਾ ਆਪਣੀ ਸਰਕਾਰ ਨੂੰ ਇੰਡੀਆ ਦੇ ਨੂੰ ਕਹਿੰਨੇ ਕਿ ਸਾਡੀ ਜਿੰਨੀ ਤੋਂ ਜਿੰਨੀ ਹੈਲਪ ਕੀਤੀ ਜਾਏ ਉਹ ਵੱਧ ਤੋਂ ਵੱਧ ਕਰਕੇ ਤੇ ਸਾਡਾ ਬੱਚਾ ਸਾਡੇ ਘਰ ਪਹੁੰਚਾ ਦੇਣਾ ਉਹਦਾ ਮੂੰਹ ਦੇਖ ਲਈਏ ਬੱਚਾ ਇਕੱਲਾ ਉਹਨੂੰ ਦੇਖਣ ਉਹਨੂੰ ਨਾਲ ਸਹੂਲਤ ਕਰਨ ਸਾਰੀ ਉੱਧਰ ਦੀ ਸਰਕਾਰ ਵੀ ਤੇ ਇੱਧਰ ਦੀ ਵੀ ਮਨਪ੍ਰੀਤ ਦਾ ਨਾਮ ਆਦਮੀ ਸਾਰੇ ਕਰਕੇ ਉਹਦੇ ਨਾਲ ਸਹੂਲਤ ਕਰਕੇ ਮੇਰੇ ਬੱਚੇ ਨੂੰ ਅੰਮ੍ਰਿਤਪਾਲ ਨੂੰ ਇੱਥੇ ਭੇਜ ਦੇ ਬਾਹਰੋਂ ਮੇਰੇ ਭਤੀਜੇ ਦਾ ਉਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਹਾਰਟ ਅਟੈਕ ਹੋਇਆ ਡਿਊਟੀ 'ਚ ਆਇਆ ਵਾ ਬਾਥਰੂਮ ਗਿਆ ਉੱਥੇ ਡਿੱਗ ਪਿਆ ਹਾਰਟ ਅਟੈਕ ਹੋਇਆ ਦਸ ਕੁ ਦਿਨ ਲੱਗ ਜਾਣੇ ਜੀ ਪਰਸੋਂ ਤੱਕ ਹੋ ਸਕਦਾ ਪੋਸਟਮਾਰਟਮ ਹੋਏ ਮੇਰਾ ਭਤੀਜਾ ਮਨਪ੍ਰੀਤ ਸਿੰਘ ਭਣੇਵੀ ਆ ਮੀਨੂ ਉਹਦਾ ਘਰ ਵਾਲਾ ਜਿਹੜਾ ਸੁੱਖ ਆ ਉਹ ਵੀ ਨਾਲ ਮਦਦ ਕਰਾ ਰਿਹਾ ਜਲਦੀ ਕੋਸ਼ਿਸ਼ ਕਰਦੇ ਜਲਦੀ ਤੁਸੀਂ ਕੋਈ ਪੰਜਾਬ ਸਰਕਾਰ ਨੂੰ ਜਾਂ ਆਸਟ੍ਰੇਲੀਆ ਸਰਕਾਰ ਨੂੰ ਕੋਈ ਕੀਤੀ ਬੇਨਤੀ ਕੋਈ ਮਸਲਾ ਹੱਲ ਕਰਨ ਵਾਸਤੇ ਕੁਛ ਬਸ ਉਹ ਮੇਰਾ ਭਤੀਜਾ ਜੋ ਕਰ ਰਿਹਾ ਭਤੀਜਾ ਹੀ ਮੇਰਾ ਕਰ ਰਿਹਾ ਉੱਥੇ ਉਹ ਪੱਕਾ ਉੱਥੇ ਉਹੀ ਕਰ ਰਿਹਾ ਸੀ ਜੋ ਵੀ ਕਾਰਵਾਈ ਉਹਨੇ ਕਰਨੀ ਬਸ ਅਸੀਂ ਉਹਨਾਂ ਦੇ ਨਾਲ ਟਾਈਏ ਰਵਿੰਦਰ ਸਿੰਘ ਅੰਮ੍ਰਿਤਪਾਲ ਸਿੰਘ ਮੇਰਾ ਭਤੀਜਾ ਜੋ ਕਿ ਆਸਟ੍ਰੇਲੀਆ ਪਰਤ 'ਚ ਰਹਿੰਦਾ ਸੀ ਉਹਦੀ ਉੱਥੇ ਅਚਾਨਕ ਮੌਤ ਹੋ ਗਈ ਅਸੀਂ ਆਸਟ੍ਰੇਲੀਆ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹਦੀ ਬੋਡੀ ਸਾਡੇ ਕੋਲ ਵਾਪਸ ਭੇਜੀ ਜਾਏ ਮਿਹਰਬਾਨੀ ਸਾਨੂੰ 18 ਤਰੀਕ ਸਵੇਰੇ 11 ਵਜੇ ਦਾ ਪਤਾ ਲੱਗਾ ਕਿ ਉਹਦੀ ਇਸ ਤਰ੍ਹਾਂ ਮੌਤ ਹੋ ਗਈ ਆ ਅਜੇ ਅਤੇ ਪੋਸਟਮਾਰਟਮ ਵਗੈਰਾ ਨਹੀਂ ਹੋਇਆ ਕਾਰਵਾਈ ਚੱਲ ਰਹੀ ਹੈ ਅਜੇ ਕਹਿੰਦੇ ਟਾਈਮ ਲੱਗੇਗਾ अपनी फैमिली की हेल्थ से नो कॉम्प्रोमाइज पिए सिर्फ साफ सुथरा और केमिकल अशुद्धियों से मुक्त पानी समर्थ आरो वाटर प्योरीफायर शुद्ध पियो स्वस्थ जियो